अगर आपने हमारे YouTube चैनल को अभी तक सब्सक्राइब नहीं किया है तो आपको यहाँ सब्सक्राइब बटन दिख रहा है, इस पर आप क्लिक कीजिए और हमें सब्सक्राइब कर लीजिए। ਦੀਨਾਨਗਰ ਦੇ ਵਿੱਚ ਪੰਜਾਬ ਭਰ ਤੋਂ ਆਏ ਸਿੱਖਿਆ ਅਧਿਆਪਕ ਜਿਹੜੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਦੀਨਾ 'ਚ ਧਰਨਾ ਮਾਰ ਕੇ ਬੈਠ ਗਏ ਹਨ। ਉਹਨਾਂ ਨੇ ਪੂਰਾ ਪਠਾਨਕੋਟ ਗੁਰਦਾਸਪੁਰ ਰੋਡ ਲਈ ਬਲੈਕ ਕਰ ਦਿੱਤਾ ਹੈ। ਆਓ ਉਹਨਾਂ ਨਾਲ ਗੱਲ ਕਰਦੇ ਹਾਂ ਕੀ ਕਹਿੰਦੇ ਨੇ। ਹਾਂਜੀ ਮੈਡਮ, ਕੀ ਅੱਜ ਤੁਸੀਂ ਧਰਨਾ ਮਾਰਿਆ, ਕੀ ਕਾਰਨ ਹੈ ਤੁਹਾਡਾ? ਅਸੀਂ ਧਰਨਾ ਮਾਰੇ ਜੀ, ਅਸੀਂ ਐਸ ਟੀ ਆਰ ਵਲੰਟੀਅਰ ਹਾਂ। ਸਾਨੂੰ ਸਰਕਾਰ ਨੇ ਸਾਨੂੰ ਅਸੀਂ 2003 ਤੋਂ ਕੰਮ ਕਰਦੇ ਆ ਰਹੇ ਹਾਂ, ਪਰ ਜਿਹੜੀ ਕਾਂਗਰਸ ਸਰਕਾਰ ਸੀ ਇਹਨੇ ਇੱਕ ਆਉਂਦਿਆਂ ਹੀ ਸਾਨੂੰ ਕਿਹਾ ਸੀ ਕਿ ਤੁਹਾਨੂੰ ਪਹਿਲੀ ਕੈਬਨਿਟ 'ਚ ਮਤਾ ਪਾਸ ਕਰਕੇ ਜਿਹੜਾ ਤੁਹਾਨੂੰ ਰੈਗੂਲਰ ਪੋਸਟ ਕ੍ਰੀਏਟ ਕੀਤੀ ਜਾਏਗੀ। ਸਾਨੂੰ ਮੀਟਿੰਗ ਤਾਂ ਕੀ ਦੇਣੀ ਸਰਕਾਰ ਨੇ, ਹਾਲੇ ਤੱਕ ਸਰਕਾਰ ਨੇ ਸਾਡੇ ਨਾਲ ਵਾਰਤਾਲਾਪ ਜਾਂ ਕੋਈ ਕਿਸੇ ਜਥੇਬੰਦੀ ਨਾਲ, ਕਿਸੇ ਵੀ ਜਥੇਬੰਦੀ ਨਾਲ ਅਜੇ ਤੱਕ ਕੋਈ ਵੀ ਮੀਟਿੰਗ ਨਹੀਂ ਕੀਤੀ। ਸਰਕਾਰ ਸਾਨੂੰ ਲੱਗਦਾ ਪੱਲਾ ਝਾੜਦੀ ਨਜ਼ਰ ਆ ਰਹੀ ਆ, ਸਰਕਾਰ ਇੱਕਦਮ ਜ਼ੀਰੋ ਹੋ ਚੁੱਕੀ ਆ। ਅੱਜ ਸਾਰਾ ਅਧਿਆਪਕ ਵਰਗ ਜਿਹੜਾ ਸੜਕਾਂ 'ਤੇ ਉਤਰਿਆ ਹੋਇਆ ਆ, ਜਦ ਕਿ ਹੁਣ ਹੁੰਦਾ ਸਮਾਂ ਸੀ ਬੱਚਿਆਂ ਦਾ, ਪਰ ਸਰਕਾਰ ਆਪ ਨਹੀਂ ਚਾਹੁੰਦੀ ਕਿ ਇਸ ਪੰਜਾਬ ਦੇ ਬੱਚੇ ਪੜ੍ਹ ਲਿਖ ਕੇ ਅੱਗੇ ਤਰੱਕੀਆਂ ਕਰਨ। ਤੁਸੀਂ ਅੱਜ ਕੀ ਕਰਨ ਜਾ ਰਹੇ ਹੋ? ਅਸੀਂ ਸਿੱਖਿਆ ਮੰਚ ਬਚਾਓ ਵੱਲੋਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ। ਜੇ ਸਰਕਾਰ ਅੱਜ ਵੀ ਸਾਡੀ ਗੱਲ ਨਹੀਂ ਸੁਣਦੀ, ਸਾਨੂੰ ਪੂਰਾ ਸਕੇਲ ਨਹੀਂ ਦਿੰਦੀ, ਤਾਂ ਅਸੀਂ ਫਿਰ ਜਿਹੜਾ ਸੜਕਾਂ 'ਤੇ ਉਤਰੇ ਹਾਂ, ਅਸੀਂ ਜੇਲ੍ਹ ਭਰੋ ਅੰਦੋਲਨ ਵੀ ਕਰਾਂਗੇ, ਅਸੀਂ ਇੱਥੇ ਪਿੱਛੇ ਨਹੀਂ ਹਟਾਂਗੇ ਅਤੇ ਕੁਰਬਾਨੀਆਂ ਦੇਣ ਨੂੰ ਸਦਾ ਸਾਡੀਆਂ ਜਥੇਬੰਦੀਆਂ ਅੱਗੇ ਵੀ ਤਿਆਰ ਰਹਿੰਦੀਆਂ ਅਤੇ ਹੁਣ ਵੀ ਤਿਆਰ ਨੇ। ਇਹ ਸਨ ਪੰਜਾਬ ਭਰ ਤੋਂ ਆਏ ਅਧਿਆਪਕ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਨ੍ਹਾਂ ਨੇ ਪਠਾਨਕੋਟ ਗੁਰਦਾਸਪੁਰ ਰੋਡ ਜਿਹੜਾ ਉਹ ਬਲਾਕ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਨ 'ਚ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਆਪਣਾ ਧਰਨਾ ਨਹੀਂ ਚੁੱਕਾਂਗੇ। ਹੁਣ ਅੱਗੇ ਉਹਨਾਂ ਦੀ ਕੀ ਰਣਨੀਤੀ ਹੈ, ਉਹਨਾਂ ਦੇ ਸੀਨੀਅਰ ਜਿਹੜੇ ਆਪਣੇ ਆਗੂ ਹੈਗੇ ਨਾ ਉਹ ਕਹਿ ਰਹੇ ਨੇ ਕਿ ਅਸੀਂ ਸਿੱਖਿਆ ਮੰਤਰੀ ਦੀ ਅਰਨਾ ਚੌਰੀ ਦੀ ਕੋਠੀ ਦਾ ਘਰਾਓ ਕਰਨ ਜਾਵਾਂਗੇ। ਕੈਮਰਾਮੈਨ ਮਿੱਟੂ ਦੇ ਨਾਲ ਡਾਕਟਰ ਰਮੇਸ਼ ਸੰਗਲ ਵੀ ਪੰਜਾਬ ਨਿਊਜ਼ ਦੇਣਾ। ਦੀਨਾਨਗਰ 'ਚ ਪੰਜਾਬ ਭਰ ਤੋਂ ਆਏ ਸਿੱਖਿਆ ਬਚਾਓ ਅਧਿਆਪਕਾਂ ਨੇ ਪਠਾਨਕੋਟ ਗੁਰਦਾਸਪੁਰ ਹਾਈਵੇ ਕੀਤਾ ਜਾਮ। ਅੱਜ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਅਰਨਾ ਚੌਧਰੀ ਦੇ ਸ਼ਹਿਰ ਦੀਨਾਨਗਰ 'ਚ ਇੱਕ ਬਹੁਤ ਵੱਡੀ ਵਿਸ਼ਾਲ ਰੈਲੀ ਕੀਤੀ ਗਈ, ਜਿਸ ਵਿੱਚ ਪੰਜਾਬ ਭਰ ਤੋਂ ਆਏ ਕਰੀਬ 15,000 ਅਧਿਆਪਕਾਂ ਨੇ ਭਾਗ ਲਿਆ। ਕਰੀਬ 5 ਘੰਟੇ ਦੇ ਧਰਨੇ ਤੋਂ ਬਾਅਦ ਅਧਿਆਪਕਾਂ ਨੇ ਸਿੱਖਿਆ ਮੰਤਰੀ ਅਰਨਾ ਚੌਧਰੀ ਦੀ ਕੋਠੀ ਵੱਲ ਨੂੰ ਕੂਚ ਕੀਤਾ। ਉਹਨਾਂ ਨੂੰ ਰੋਕਣ ਲਈ ਵੱਡੀ ਗਿਣਤੀ 'ਚ ਪੰਜਾਬ ਪੁਲਿਸ ਤੈਨਾਤ ਕੀਤੀ ਗਈ। ਜਦੋਂ ਹੀ ਪੰਜਾਬ ਭਰ ਤੋਂ ਆਏ ਅਧਿਆਪਕਾਂ ਨੇ ਸਿੱਖਿਆ ਮੰਤਰੀ ਅਰਨਾ ਚੌਧਰੀ ਦੀ ਕੋਠੀ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਹਨਾਂ ਨੂੰ ਬਾਹਰ ਹੀ ਰੋਕ ਦਿੱਤਾ, ਜਿਸ ਕਾਰਨ ਅਧਿਆਪਕਾਂ ਨੇ ਬਹਿਰਾਮਪੁਰ ਰੋਡ ਨੂੰ ਬਲਾਕ ਕਰ ਦਿੱਤਾ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਤੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਪਹੁੰਚੇ ਤਹਿਸੀਲਦਾਰ ਨਵਤੇਜ ਸਿੰਘ ਸੋਢੀ ਨੇ ਅਧਿਆਪਕਾਂ ਨੂੰ ਭਰੋਸਾ ਦਿੱਤਾ ਕਿ 3 ਅਪ੍ਰੈਲ ਨੂੰ ਉਹਨਾਂ ਨੂੰ ਦੀ ਡੀਸੀ ਸਾਹਿਬ ਨਾਲ ਮੀਟਿੰਗ ਕਰਵਾ ਕੇ ਪੰਜਾਬ ਸਰਕਾਰ ਦੇ ਮੰਤਰੀ ਨਾਲ ਮੀਟਿੰਗ ਕਰਵਾ ਦਿੱਤੀ ਜਾਵੇਗੀ। ਇਸ ਮੌਕੇ ਤੇ ਅਧਿਆਪਕਾਂ ਨੇ ਐਲਾਨ ਕੀਤਾ ਕਿ ਜੇਕਰ 22 ਅਪ੍ਰੈਲ ਤੱਕ ਸਾਡੀ ਸੁਣਵਾਈ ਨਾ ਹੋਈ ਤਾਂ 22 ਅਪ੍ਰੈਲ ਤੋਂ ਸਾਰੇ ਪੰਜਾਬ ਦੇ ਸਕੂਲਾਂ 'ਚ ਪੜ੍ਹਾਈ ਠੱਪ ਕੀਤੀ ਜਾਵੇਗੀ। ਨੁਮਾਇੰਦੇ ਆ ਉਹਨਾਂ ਨੂੰ ਪਰਸੋਂ 11 ਵਜੇ ਡੀ ਸਾਹਿਬ ਦੇ ਆਫਿਸ 'ਚ ਬੁਲਾਇਆ ਵਾ, ਇਹ ਆਉਣਗੇ ਉੱਥੇ ਤੇ ਇਹਨਾਂ ਦਾ ਜਿਹੜਾ ਅਗਲਾ ਸਟੈਪ ਨੈਕਸਟ ਮੀਟਿੰਗ ਦਾ ਉਹ ਡੀ ਸਾਹਿਬ ਨਾਲੇ ਮੀਟਿੰਗ ਕਰਕੇ ਤੇ ਉਸ ਦਿਨ ਇਹਨਾਂ ਨੂੰ ਡੇਟ ਦੇ ਦਿੱਤੀ ਜਾਏਗੀ।